सूबे भर च डॉक्टरों के वालों हड़ताल की जा रही है। 15 दिन हो चुके हैं जो डॉक्टर हड़ताल से बैठे हुए हैं। उन्होंने वालों OPD सर्विस जी सारिया बंद कर दी गई हैं, पर हूँ डॉक्टर ने एक अनोखा तरीका लभ्या प्रदर्शन करन दा। डॉक्टरों के वालों OPD सेवा जी बहाल कर दी गई है, पर OPD सेवा जी बहाल की गई है उसनों अनोखे तरीके शुरू किया गया। डॉक्टर ने एसोसीएशन ने लैटर पैड से OPD सेवा जी शुरू की है। इस दाल ही मरीज काफ़ी खज्जल खुआर हो रहे हैं। जो साडे पत्रकार विवेक ढाल ने उन्होंने गलबात की तो उन्होंने कहना सगा कि ना तो डॉक्टर मिल रहे हैं, जो डॉक्टर आते हैं ना तो इलाज करते हैं, नाल ही चले जाते हैं। होर की कुछ क्या तुसी भी देखो इस स्पेशल रिपोर्ट। और मंगा साडी तो सबके सामने क्लीयर ने, साडा NPA बहाल किया जाए तो प्रोटेस्ट खत्म हो जाएगा। ये कोई जिद नहीं है, ये तो जस्ट साडी जेन्युइन मंग है ते ओ सानू दित्ता जावे साडा बनदा हक। एक हफ्ता पहले भी आके गए हैं, जब आते कभी हड़ताल मिलते हैं, कभी कुछ मिलता है, कभी बोलते हैं OPD नहीं चालू है, OPD चालू होते तो डॉक्टर नहीं होता है, पर्ची कटा के फिर दोबारा लगे रहे हैं, अभी लाइन पे लगे हैं, थोड़ी देर पहले बैठे थे, जैसे पर्ची कटवा के वापस आए अभी आने गायब है। लीवर खराब है ते पेट पानी भरता, डॉक्टर है नहीं गए, 7 नंबर भेजा, 8 नंबर डॉक्टर मिल नहीं रहा है। ਕਿਹੜੀ ਐਸੀ ਸੁਵਿਧਾ ਵਾ ਜਿਹੜੀ ਹੁਣ ਜੇ ਪਹਿਲੇ ਦਿਨਾਂ 'ਚ ਮਿਲਦੀ ਸੀਗੀ ਅਤੇ ਹੁਣ ਹੁੰਦੇ ਤਾਂ ਤੁਸੀਂ ਵਰਕ ਨਹੀਂ ਕਰਦੇ? ਆਮ ਲਾਇਸੈਂਸ ਮੈਡੀਕਲ ਨਹੀਂ ਕਰ ਰਹੇ, ਜੋਬ ਮੈਡੀਕਲਸ ਕਰ ਰਹੇ ਹਾਂ, ਬਾਕੀ ਹੋਰ ਮੈਡੀਕਲਸ ਨਹੀਂ ਕਰ ਰਹੇ। ਸਰਜਰੀ ਵਗੈਰਾ? ਇਲੈਕਟਿਵ ਸਰਜਰੀ ਨਹੀਂ ਹੋ ਰਹੀ, ਇਲੈਕਟਿਵ ਸਰਜਰੀ ਬੰਦ ਹੈ, ਐਮਰਜੈਂਸੀ ਸਰਜਰੀਜ਼, ਐਮਰਜੈਂਸੀ ਸਰਵਿਸਿਜ਼ ਆਰ ਓਪਰੇਟ। 6ਵੇਂ ਪੇ ਕਮਿਸ਼ਨ ਦੀ ਰਿਪੋਰਟ ਨੂੰ ਲੈ ਕੇ ਸੂਬੇ ਭਰ ਦੇ ਡਾਕਟਰ ਪ੍ਰੋਟੈਸਟ ਕਰ ਰਹੇ ਨੇ। ਸਰਕਾਰੀ ਹਸਪਤਾਲਾਂ ਦੇ ਡਾਕਟਰ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਜਿਹੜੇ ਹੈਗੇ ਨੇ ਇਸ ਦੇ ਵਿਰੁੱਧ ਪ੍ਰੋਟੈਸਟ ਕਰ ਰਹੇ ਨੇ, ਅਤੇ ਹੁਣ ਗੱਲ ਕਰੀਏ ਤਾਂ ਸੂਬੇ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਡਾਕਟਰਾਂ ਵੱਲੋਂ ਆਪਣੀ ਪੈਰਲਲ ਜਿਹੜੀ ਹੈ OPD ਚਲਾਈ ਜਾ ਰਹੀ ਹੈ। ਇਸ ਸਮੇਂ ਅਸੀਂ ਖੜ੍ਹੇ ਹਾਂ ਲੁਧਿਆਣਾ ਦੇ ਸਿਵਲ ਹਸਪੀਟਲ ਦੇ ਵਿੱਚ, ਜਿੱਥੇ ਪਿਛਲੇ ਕਈ ਦਿਨਾਂ ਤੋਂ ਜਿਹੜੇ ਡਾਕਟਰਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਸੀਗਾ, ਅਤੇ ਹੁਣ ਲੋਕਾਂ ਦੀਆਂ ਮਰੀਜ਼ਾਂ ਦੀਆਂ ਜਿਹੜੀਆਂ ਹੈਗੀਆਂ ਅਸੁਵਿਧਾ ਨੂੰ ਦੇਖਦੇ ਹੋਏ OPD ਜਿਹੜੀ ਹੈਗੀ ਆਪਣੀ ਪੈਰਲਲ ਚਲਾਈ ਜਾ ਰਹੀ ਹੈ। OPD ਦੀਆਂ ਪਰਚੀਆਂ ਕੱਟੀਆਂ ਜਾ ਰਹੀਆਂ ਨੇ, ਪਰ ਜਿਹੜੀ ਹੈਗੀ ਹੈ ਡਾਕਟਰਾਂ ਵੱਲੋਂ ਦਵਾਈ ਅਤੇ ਹੋਰ ਜਿਹੜੇ ਟੈਸਟ ਵਗੈਰਾ ਨੇ ਉਹ ਆਪਣੇ ਐਸੋਸੀਏਸ਼ਨ ਦੇ ਸਲਿੱਪ ਦੇ ਉੱਤੇ ਲਿਖ ਕੇ ਦਿੱਤੇ ਜਾ ਰਹੇ ਨੇ, ਅਤੇ ਕਈ ਜਿਹੜੀਆਂ ਐਸੀਆਂ ਸੁਵਿਧਾਵਾਂ ਨੇ ਜਿਹੜੀਆਂ ਡਾਕਟਰ ਸਿਵਲ ਹਸਪਤਾਲ ਦੇ ਵਿੱਚ ਹੁਣ ਮਰੀਜ਼ਾਂ ਨੂੰ ਮਿਲ ਨਹੀਂ ਰਹੀਆਂ, ਕਿਉਂਕਿ ਪਿਛਲੇ ਕਈ ਦਿਨਾਂ ਤੋਂ ਸਰਜਰੀ ਬੰਦ ਹੈ, ਅਪੰਗਤਾ ਜਿਹੜਾ ਸਰਟੀਫਿਕੇਟ ਹੈ ਉਹ ਨਹੀਂ ਬਣ ਰਹੇ, ਅਤੇ ਇਸ ਦੇ ਨਾਲ ਕਈ ਹੋਰ ਜਿਹੜੇ ਇਲਾਜ ਕਰਾਉਣ ਵਾਸਤੇ ਆਉਂਦੇ ਸੀਗੇ ਇੱਥੇ ਮਰੀਜ਼, ਉਹਨਾਂ ਨੂੰ ਸੁਵਿਧਾਵਾਂ ਨਹੀਂ ਮਿਲ ਰਹੀਆਂ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ OPD ਦੇ ਵਿੱਚ ਅਕਸਰ ਇੱਥੇ ਖਚਾ ਖਚ ਰਸ਼ ਦੇਖਣ ਨੂੰ ਮਿਲਦਾ ਸੀਗਾ OPD ਦੇ ਟਾਈਮ 'ਤੇ, ਪਰ ਹੁਣ ਜ਼ਿਆਦਾਤਰ OPD-ਆਂ ਖਾਲੀ ਪਈਆਂ ਵਾ, ਉੱਥੇ ਡਾਕਟਰ ਉਪਲਬਧ ਨਹੀਂ ਆ, ਅਤੇ ਕੁਛ OPD-ਆਂ ਦੇ ਵਿੱਚ ਡਾਕਟਰ ਉਪਲਬਧ ਨੇ, ਅਤੇ ਪੈਰਲਲ ਜਿਹੜੀ ਹੈ ਕਿਹਾ ਜਾ ਰਿਹਾ ਕਿ OPD ਚਲਾਈ ਜਾ ਰਹੀ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਸਿਵਲ ਹਸਪੀਟਲ ਦੇ ਵਿੱਚ ਪੈਰਲਲ OPD ਚਲਾਈ ਜਾ ਰਹੀ ਹੈ, ਕਿਉਂਕਿ ਡਾਕਟਰਾਂ ਦਾ ਲਗਾਤਾਰ ਪ੍ਰੋਟੈਸਟ ਕੀਤਾ ਜਾ ਰਿਹਾ ਵਾ। ਮੈਡਮ ਇੱਥੇ ਬੈਠੇ ਨੇ, ਮਰੀਜ਼ ਦੇਖ ਰਹੇ ਨੇ OPD ਦੇ ਵਿੱਚ, ਗੱਲਬਾਤ ਕਰ ਲੈਂਦੇ ਹਾਂ। ਮੈਡਮ, ਲਗਾਤਾਰ 6ਵੇਂ ਪੇ ਕਮਿਸ਼ਨ ਦੀ ਹਦਾਇਤਾਂ ਨੂੰ ਲੈ ਕੇ ਤੁਸੀਂ ਪ੍ਰੋਟੈਸਟ ਕਰ ਰਹੇ ਹੋ, ਕੀ ਮੰਗਾਂ ਵਾ, ਅਤੇ ਹੁਣ OPD ਜਿਹੜੀ ਹੈਗੀ ਪੈਰਲਲ ਚਲਾਈ ਜਾ ਰਹੀ ਉਹਦੇ ਵਿੱਚ ਕੀ ਤੁਸੀਂ ਕਰ ਰਹੇ ਹੋ? ਪੈਰਲਲ OPD ਦੇ ਵਿੱਚ ਅਸੀਂ ਮੈਡੀਕਲ ਕਰ ਰਹੇ ਹਾਂ, ਕੋਈ ਬਹੁਤ ਸੀਰੀਅਸ ਪੇਸ਼ੈਂਟ ਐਮਰਜੈਂਸੀ ਪੇਸ਼ੈਂਟਸ ਦੇਖ ਰਹੇ ਹਾਂ, ਔਰ ਅਸੀਂ ਆਪਣੇ ਇਹਦੇ ਉੱਪਰ ਕਰ ਰਹੇ ਹਾਂ ਆਪਣੀਆਂ ਸਾਡੀਆਂ ਐਸੋਸੀਏਸ਼ਨ ਦੀਆਂ ਸਲਿੱਪਸ ਹੈ, ਅਸੀਂ ਇਹਨਾਂ ਦੇ ਉੱਪਰ ਹੀ OPD ਕਰ ਰਹੇ ਹਾਂ ਅਸੀਂ ਪੇਸ਼ੈਂਟਸ ਨੂੰ, ਔਰ ਮੰਗਾਂ ਸਾਡੀਆਂ ਤਾਂ ਸਭ ਦੇ ਸਾਹਮਣੇ ਕਲੀਅਰ ਨੇ, ਸਾਡਾ NPA ਬਹਾਲ ਕੀਤਾ ਜਾਵੇ। ਇੱਕ ਬੇਸਿਕ ਪੇ ਦੇ ਉੱਤੇ ਵੀ ਤੁਸੀਂ ਕਿਹਾ ਕਿ ਹਾਂ ਵੀ ਬੇਸਿਕ ਪੇ ਪਹਿਲਾਂ ਹਿੱਸਾ ਹੁੰਦਾ ਸੀਗਾ, ਹੁਣ ਉਹਨੂੰ ਹਟਾ ਦਿੱਤਾ ਗਿਆ ਵਾ? ਨਹੀਂ, ਹਾਂ ਮਤਲਬ ਸਾਡਾ ਬਣਦਾ ਹੱਕ ਸਾਨੂੰ ਦਿੱਤਾ ਜਾਵੇ, ਠੀਕ ਹੈ, ਇਹ ਜ਼ਿਆਦਤੀ ਨਾ ਕੀਤੀ ਜਾਵੇ। ਵੀ ਆਰ ਵਰਕਿੰਗ ਹਾਰਡ, ਸਾਡਾ ਦੇਖੋ ਅਸੀਂ ਸਰਕਾਰੀ ਡਾਕਟਰ ਆ ਕਿੰਨਾ ਕੰਮ ਕਰ ਰਹੇ ਹਾਂ, ਸਾਡਾ ਬਣਦਾ ਹੱਕ ਸਾਨੂੰ ਦਿੱਤਾ ਜਾਵੇ। ਪਹਿਲਾਂ ਤੁਸੀਂ ਪ੍ਰੋਟੈਸਟ ਵੀ ਕੀਤਾ, OPD ਬੰਦ ਵੀ ਰਹੀ ਹੈ ਹੁਣ, ਪਰ ਮਰੀਜ਼ਾਂ ਦੀ ਸੁਵਿਧਾਵਾਂ ਨੂੰ ਦੇਖ ਕੇ ਤੁਸੀਂ OPD ਤਾਂ ਸ਼ੁਰੂ ਕਰ ਦਿੱਤੀ ਆ, ਪਰ ਉਹਨੂੰ ਪੈਰਲਲ OPD ਦਾ ਨਾਮ ਦਿੱਤਾ ਵਾ, ਅਤੇ ਕਈ ਜਿਹੜੀਆਂ ਸੁਵਿਧਾਵਾਂ ਐਸੀਆਂ ਜਿਹੜੀਆਂ ਪਹਿਲਾਂ ਸਿਵਲ ਹਸਪੀਟਲ ਦੇ ਵਿੱਚ ਮਿਲਦੀਆਂ, ਜਿਵੇਂ ਸਰਜਰੀ ਵਗੈਰਾ ਨਹੀਂ ਹੋ ਰਹੀ ਜਾਂ ਅਪੰਗਤਾ ਸਰਟੀਫਿਕੇਟ ਵਗੈਰਾ ਨਹੀਂ ਬਣ ਰਹੇ, ਉਹਦੇ 'ਤੇ ਕੀ ਕਹਿਣਾ ਚਾਹੋਗੇ? ਉਹ ਤਾਂ ਵੀ ਆਰ ਵੇਟਿੰਗ ਫੋਰ ਅ ਗੌਰਮੈਂਟ, ਸਰਕਾਰ ਸਾਡਾ ਕੰਮ ਪੂਰਾ ਕਰੇ, ਅਸੀਂ ਲੋਕਾਂ ਦੀ ਸਹੂਲਤ ਵਧੇ ਥੋੜ੍ਹੀ, ਹੈ ਨਾ, ਅਤੇ ਜਦੋਂ ਵੀ ਸਾਡਾ NPA ਬਹਾਲ ਹੋ ਜਾਏਗਾ, ਜਿਵੇਂ ਸਾਡੀ ਐਸੋਸੀਏਸ਼ਨ ਕਹੇਗੀ ਅਸੀਂ ਉਵੇਂ ਹੀ ਕਰਾਂਗੇ, ਵੀ ਆਰ ਵਿਦ ਆਰ ਐਸੋਸੀਏਸ਼ਨ।
ਤੇ ਹੁਣ ਤੁਸੀਂ ਪਹਿਲਾਂ ਸਿਵਲ ਜਿਹੜੀ ਹੁਣ ਦਵਾਈਆਂ ਵਗੈਰਾ ਆਪਣੇ ਐਸੋਸੀਏਸ਼ਨ ਦੇ ਪਰਚੇ ਤੇ ਲਿਖ ਕੇ ਦੇ ਰਹੇ ਹੋ ਉਹ ਦਿਖਾ ਦਿਓ ਮੈਂ ਕਹੂੰਗਾ ਤੁਸੀਂ ਕੈਮਰਾਮੈਨ ਨੂੰ ਥੋੜੀ ਦਿਖਾ ਦਿਓ ਕਿ ਕਿਸ ਤਰ੍ਹਾਂ ਇਹਨੂੰ ਆਪਰੇਟ ਕਰ ਰਹੇ ਹੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਹੁਣ ਇੱਕ ਮਿੰਟ ਮੈਡਮ ਇਹ ਐਸੋਸੀਏਸ਼ਨ ਦੇ ਪੇਜ ਦੇ ਉੱਤੇ ਜਿਹੜੀਆਂ ਦਵਾਈਆਂ ਅਤੇ ਹੋਰ ਟੈਸਟ ਵਗੈਰਾ ਨੇ ਹੁਣ ਡਾਕਟਰਾਂ ਵੱਲੋਂ ਪੈਰਲਰ ਓ ਪੀ ਡੀ ਦੇ ਵਿੱਚ ਉਹਨਾਂ ਨੂੰ ਆਪਣੇ ਐਸੋਸੀਏਸ਼ਨ ਦੇ ਲੈਟਰ ਪੈਡ ਦੇ ਉੱਤੇ ਲਿਖ ਕੇ ਦਿੱਤੀਆਂ ਜਾ ਰਹੀਆਂ ਜਿਹੜਾ ਪਹਿਲਾਂ ਕਿ ਸਿਵਲ ਹੋਸਪਿਟਲ ਦੇ ਲੈਟਰ ਪੈਡ ਦੇ ਉੱਤੇ ਜਾਂ ਉਹਦੇ ਪ੍ਰਸ਼ਿਕਸ਼ਮ ਪਰਚੀ ਦੇ ਉੱਤੇ ਲਿਖ ਕੇ ਦਿੱਤੀਆਂ ਜਾ ਰਹੀਆਂ ਸੀਗੀਆਂ ਮੈਡਮ ਇਹ ਕਿੰਨੇ ਦਿਨ ਹੁਣ ਜਿਹੜਾ ਤੁਹਾਡਾ ਪ੍ਰੋਟੈਸਟ ਹੈ ਕਿੰਨੇ ਦਿਨ ਕਾਫੀ ਦਿਨ ਤੋਂ ਚੱਲ ਰਿਹਾ ਹੁਣ ਆਉਣ ਵਾਲੇ ਦਿਨਾਂ 'ਚ ਰੈਗੂਲਰ ਇੱਦਾਂ ਹੀ ਰਹੇਗਾ ਕਿ ਕੁਛ ਮਤਲਬ ਕਿ ਕੋਈ ਗੱਲਬਾਤ ਸਿਰੇ ਚੜ੍ਹਦੀ ਨਜ਼ਰ ਆ ਰਹੀ ਹੈ ਦੇਖੋ ਇਹ ਤਾਂ ਜਦੋਂ ਸਾਡੇ ਮੰਗਾਂ ਮੰਨ ਲਈਆਂ ਗਈਆਂ ਤਾਂ ਪ੍ਰੋਟੈਸਟ ਖਤਮ ਹੋ ਜਾਏਗਾ ਇਹ ਕੋਈ ਜ਼ਿੱਦ ਨਹੀਂ ਹੈ ਇਹ ਤਾਂ ਜਸਟ ਸਾਡੀ ਜੈਨੂਅਨ ਮੰਗ ਹੈ ਅਤੇ ਉਹ ਸਾਨੂੰ ਦਿੱਤਾ ਜਾਵੇ ਸਾਡਾ ਬਣਦਾ ਹੱਕ ਅਤੇ ਲੋਕਾਂ ਲਈ ਅਸੀਂ ਹੋਰ ਕੰਮ ਕਰ ਸਕੀਏ ਜ਼ਿਆਦਾ ਅੱਛੇ ਮਨ ਨਾਲ ਮਨ ਕੰਮ ਕਰ ਸਕੀਏ ਹੈ ਮੈਡੀਕਲ ਦੇਖ ਰਹੇ ਹੋ ਓ ਪੀ ਡੀ ਦੇਖ ਰਹੇ ਹੋ ਪਰ ਕਈ ਸੁਵਿਧਾਵਾਂ ਬੰਦ ਨਹੀਂ ਵੀ ਉਹਨੂੰ ਤੁਸੀਂ ਹੈਂਡਲ ਕਰ ਰਹੇ ਕਿਹੜੀ ਕਿਹੜੀ ਐਸੀ ਸੁਵਿਧਾ ਵਾ ਜਿਹੜੀ ਹੁਣ ਜੇ ਪਹਿਲੇ ਦਿਨਾਂ 'ਚ ਮਿਲਦੀ ਸੀਗੀ ਅਤੇ ਹੁਣ ਉਹਦੇ 'ਤੇ ਤੁਸੀਂ ਵਰਕ ਨਹੀਂ ਕਰ ਰਹੇ ਆਮ ਲਾਇਸੈਂਸ ਮੈਡੀਕਲ ਨਹੀਂ ਕਰ ਰਹੇ ਜੋਬ ਮੈਡੀਕਲਸ ਕਰ ਰਹੇ ਹਾਂ ਬਾਕੀ ਹੋਰ ਮੈਡੀਕਲਸ ਨਹੀਂ ਕਰ ਰਹੇ ਸਰਜਰੀ ਵਗੈਰਾ ਨੋ ਇਲੈਕਟਿਵ ਸਰਜਰੀ ਨਹੀਂ ਹੋ ਰਹੀ ਇਲੈਕਟਿਵ ਸਰਜਰੀ ਬੰਦ ਹੈ ਐਮਰਜੈਂਸੀ ਸਰਜਰੀਜ਼ ਐਮਰਜੈਂਸੀ ਸਰਵਿਸਿਜ਼ ਆਰ ਆਪਰੇਟਿੰਗ ਉਹ ਸੀ ਪ੍ਰੋਪਰ ਹਾਂਜੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਾਡਾ ਸਰਕਾਰ ਤੋਂ ਮੰਗ ਆਹੀ ਹੈ ਸਾਡਾ ਦਿੱਤਾ ਜਾਵੇ ਐਨ ਪੀ ਏ ਸਾਡਾ ਹੱਕ ਹੈ ਸਾਡਾ ਹੱਕ ਦਿੱਤਾ ਜਾਵੇ ਸਾਨੂੰ ਸਾਰੇ ਸੂਬੇ ਭਰ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਇਸ ਤਰ੍ਹਾਂ ਹੀ ਵਰਕਿੰਗ ਹੋ ਰਹੀ ਹੈ ਬਿਲਕੁਲ ਬਿਲਕੁਲ ਸਾਡੀ ਐਸੋਸੀਏਸ਼ਨ ਦੇ ਅਕੋਰਡਿੰਗ ਹੀ ਚੱਲ ਰਿਹਾ ਜਿਵੇਂ ਜਿਵੇਂ ਸਾਨੂੰ ਗਾਈਡਲਾਈਨਸ ਮਿਲ ਰਹੀਆਂ ਉੱਪਰੋਂ ਉੱਦਾਂ ਚੱਲ ਰਿਹਾ ਸਾਰੇ ਜੀ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਪ੍ਰੋਟੈਸਟ ਜ਼ਾਹਿਰ ਕਰਨ ਵਾਸਤੇ ਵਰਕਿੰਗ ਜ਼ਰੂਰ ਕਰ ਰਹੇ ਨੇ ਸਿਵਲ ਹੋਸਪਿਟਲਸ ਦੇ ਡਾਕਟਰ ਉਹਨਾਂ ਦਾ ਕਹਿਣਾ ਹੈ ਕਿ ਮਰੀਜ਼ਾਂ ਦੇ ਕੋਈ ਅਸੁਵਿਧਾ ਨਾ ਹੋਵੇ ਇਸ ਕਰਕੇ ਓ ਪੀ ਡੀ ਚਲਾਈ ਜਾ ਰਹੀ ਹੈ ਪਰ ਉਸਨੂੰ ਪੈਰਲਰ ਓ ਪੀ ਡੀ ਦਾ ਨਾਮ ਦਿੱਤਾ ਗਿਆ ਕੁਛ ਸੁਵਿਧਾਵਾਂ ਕੁਛ ਜਿਹੜੀ ਹੈਗੀਆਂ ਵਰਕਿੰਗ ਉਹਦੇ 'ਤੇ ਕੀਤੀ ਜਾ ਰਹੀ ਹੈ ਪਰ ਕਾਫੀ ਜਿਹੜੀ ਹੈਗੀ ਆ ਚੀਜ਼ਾਂ ਦੇ ਉੱਤੇ ਰੋਕ ਵੀ ਲਗਾਈ ਗਈ ਹੈ ਜਿਵੇਂ ਸਰਜਰੀ ਕੋਈ ਐਮਰਜੈਂਸੀ ਹੋਵੇ ਉਹ ਕੀਤੀ ਜਾ ਰਹੀ ਹੈ ਅਤੇ ਗੈਰ ਜ਼ਰੂਰੀ ਸਰਜਰੀ ਦੇ ਉੱਤੇ ਰੋਕ ਲਗਾਈ ਗਈ ਹੈ ਆਰਮਸ ਲਾਇਸੈਂਸ ਦੇ ਵਾਸਤੇ ਜਿਹੜੇ ਟੈਸਟ ਵਗੈਰਾ ਹੁੰਦੇ ਸੀਗੇ ਉਹ ਨਹੀਂ ਕੀਤੇ ਜਾ ਰਹੇ ਅਤੇ ਇਸ ਦੇ ਨਾਲ ਕਈ ਐਸੇ ਹੋਰ ਸਰਟੀਫਿਕੇਟ ਜਿਵੇਂ ਬਣਾਉਣ ਵਾਸਤੇ ਟੈਸਟ ਵਗੈਰਾ ਹੁੰਦੇ ਸੀਗੇ ਉਹ ਹੁਣ ਸਿਵਲ ਹੋਸਪਿਟਲ ਦੇ ਵਿੱਚ ਨਹੀਂ ਆ ਰਹੇ ਉਹ ਦੂਜੇ ਪਾਸੇ ਮਰੀਜ਼ ਵੀ ਜਿਹੜੇ ਹੈਗੇ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਗੱਲਬਾਤ ਕਰ ਲੈਂਦੇ ਕਹਾਂ ਪੇ ਆਏ ਥੇ ਆਪ ਓ ਪੀ ਡੀ ਮੇ ਆਏ ਥੇ ਆਪਕੋ ਮਿਲ ਨਹੀਂ ਰਹੇ ਨਹੀਂ ਸਰ ਬਹੁਤ ਦੇਰ ਸੇ ਖੜੇ ਹੈ ਇਹ ਦੇਖੀਏ ਆਪਕੇ ਸਾਹਮਣੇ ਹੈ ਪਹਿਲੇ ਆਏ ਥੇ ਇਸਸੇ ਪਹਿਲੇ ਵੀ ਤਕਰੀਬਨ ਇੱਕ ਹਫ਼ਤਾ ਪਹਿਲੇ ਵੀ ਆ ਕੇ ਗਏ ਹਾਂ ਜਬ ਆਤੇ ਕਭੀ ਹੜਤਾਲ ਮਿਲਤੇ ਕਭੀ ਕੁਛ ਮਿਲਤਾ ਹੈ ਕਭੀ ਬੋਲਤੇ ਓ ਪੀ ਡੀ ਨਹੀਂ ਚਾਲੂ ਹੈ ਓ ਪੀ ਡੀ ਚਾਲੂ ਹੋਤੇ ਤੋ ਡਾਕਟਰ ਨਹੀਂ ਹੋਤਾ ਹੈ ਪਰਚੀ ਕਟਾ ਕੇ ਫਿਰ ਦੁਬਾਰਾ ਲੱਗੇ ਰਹੇ ਅਭੀ ਲਾਈਨ ਪੇ ਲਗੇ ਹੈ ਥੋੜ੍ਹੀ ਦੇਰ ਪਹਿਲੇ ਬੈਠੇ ਥੇ ਜੈਸੇ ਪਰਚੀ ਕਟਵਾ ਕੇ ਵਾਪਸ ਆਏ ਅਭੀ ਆਨੇ ਗਾਇਬ ਹੈ ਜੀ ਮਾਤਾ ਜੀ ਕਹਾ ਕਿਆ ਇਲਾਜ ਕਰਵਾਉਣੇ ਆਏ ਥੇ ਔਰ ਕਿਆ ਮੁਸ਼ਕਿਲ ਆ ਰਹੀ ਹੈ ਉਹ ਹੱਡੇ ਹੋ ਕੇ ਦਿਖਾਉਣੇ ਆਏ ਤੇ ਪਿੱਛੇ ਦਰਦ ਆਤਾ ਉਹ ਦਿਖਾਉਣੇ ਉਹਨਾਂ ਦਵਾਈ ਲਿਖ ਦੇ ਐਕਸਰੇ ਕਰੀ ਆਏ ਤੇ ਡਾਕਟਰ ਆਏ ਨਹੀਂ ਤੁਸੀਂ ਕੀ ਕਰਵਾਉਣ ਆਏ ਸੀਗੇ ਜੀ ਮੈਂ ਤਾਂ ਜੀ ਮੇਰਾ ਲੀਵਰ ਖਰਾਬ ਆ ਅਤੇ ਪੇਟ 'ਚ ਪਾਣੀ ਭਰਦਾ ਡਾਕਟਰ ਮਿਲ ਹੀ ਰਿਹਾ ਡਾਕਟਰ ਹੈ ਨਹੀਂ ਗਏ ਆ 7 ਨੰਬਰ 'ਚ ਭੇਜਿਆ 8 ਨੰਬਰ 'ਚ ਡਾਕਟਰ ਮਿਲ ਨਹੀਂ ਰਿਹਾ ਜੀ ਜੀ ਬਿਲਕੁਲ ਡਾਕਟਰਾਂ ਦੇ ਵੱਲੋਂ ਜਿਹੜਾ ਪ੍ਰੋਟੈਸਟ ਜ਼ਾਹਿਰ ਕੀਤਾ ਜਾ ਰਿਹਾ ਮਰੀਜ਼ਾਂ ਨੂੰ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਕੁਛ ਸਰਟੀਫਿਕੇਟ ਬਣਾਉਣ ਵਾਸਤੇ ਵੀ ਇੱਥੇ ਜਿਹੜੇ ਲੋਕ ਆ ਰਹੇ ਨੇ ਉਹਨਾਂ ਨੂੰ ਇੱਥੋਂ ਵਾਪਸ ਜਾਣਾ ਪੈ ਰਿਹਾ ਅਤੇ ਕੁੱਲ ਮਿਲਾ ਕੇ ਡਾਕਟਰ ਕਹਿ ਤਾਂ ਜ਼ਰੂਰ ਰਹੇ ਨੇ ਕਿ ਪੈਰਲਰ ਓ ਪੀ ਡੀ ਚੱਲ ਰਹੀ ਆ ਪਰ ਉਸਦੇ ਵਿੱਚ ਵੀ ਫੰਕਸ਼ਨਿੰਗ ਜਿਹੜੀ ਆ ਪੂਰੀ ਤਰ੍ਹਾਂ ਦੇ ਨਾਲ ਚਲਦੀ ਦਿਖਾਈ ਨਹੀਂ ਦੇ ਰਹੀ ਜਿੱਦਾਂ ਮਰੀਜ਼ਾਂ ਦਾ ਕਹਿਣਾ ਕਿ ਉਹ ਆ ਰਹੇ ਨੇ ਅਤੇ ਆਪਣੇ ਓ ਪੀ ਡੀ ਦੇ ਵਿੱਚ ਡਾਕਟਰ ਮੌਜੂਦ ਨਹੀਂ ਮਿਲਦੇ ਉਹਨਾਂ ਨੂੰ ਅਤੇ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਕੁੱਲ ਮਿਲਾ ਕੇ 6ਵੇਂ ਪੇ ਕਮਿਸ਼ਨ ਦੀ ਰਿਪੋਰਟ ਨੂੰ ਲੈ ਕੇ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਅਤੇ ਉਸਦਾ ਜਿਹੜਾ ਖਮਿਆਜਾ ਵਾ ਆਮ ਮਰੀਜ਼ਾਂ ਨੂੰ ਇੱਥੇ ਪਹੁੰਚਣ ਵਾਲੇ ਮਰੀਜ਼ਾਂ ਨੂੰ ਚੁੱਕਣਾ ਪੈ ਰਿਹਾ ਦੇਖਣਾ ਇਹ ਹੋਵੇਗਾ ਕਿ ਸਰਕਾਰ ਹੁਣ ਡਾਕਟਰਾਂ ਦੀਆਂ ਮੰਗਾਂ ਨੂੰ ਕਦੋਂ ਮੰਨਦੀ ਹੈ ਅਤੇ ਸਿਵਲ ਹੋਸਪਿਟਲਾਂ ਦੇ ਵਿੱਚ ਓ ਪੀ ਡੀ ਜਿਹੜੀ ਹੈ ਸੁਚਾਰੂ ਢੰਗ ਦੇ ਨਾਲ ਕਦੋਂ ਦੇਖਣ ਨੂੰ ਮਿਲਦੀ ਹੈ ਕੈਮਰਾਮੈਨ ਰੋਹਿਤ ਦੇ ਨਾਲ ਵਿਵੇਕਾ ਦੈਨਿਕ ਸਵੇਰਾ ਟੀਵੀ ਲੁਧਿਆਣਾ ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਤੀ ਪਤਨੀ 'ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਬੁਰੇ ਸੁਪਨੇ ਵਿਦੇਸ਼ ਯਾਤਰਾ ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ ਬਿਮਾਰੀ 'ਚ ਦਵਾ ਨਾ ਲੱਗਣਾ ਵਸ਼ੀਕਰਨ ਇੱਕ ਸੱਚਾਈ ਹੈ ਵਸ਼ੀਕਰਨ ਕਰਵਾਓ ਮਨ ਚਾਹਾ ਪਿਆਰ ਪਾਓ ਕੀ ਤੁਹਾਡੀ ਕਿਸਮਤ 'ਚ ਲਾਟਰੀ ਦਾ ਯੋਗ ਹੈ ਜਾਂ ਨਹੀਂ ਸੱਚਾਈ ਜਾਣੋ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ